कुल हिंद किसान संघर्ष तालमेल कमेटी पंजाब की ओर से केंद्र और राज्य सरकार की किसान विरोधी नीतियों के चलते रोष प्रदर्शन किया गया। इस रोष प्रदर्शन की जानकारी देते हुए कुल हिंद किसान संघर्ष तालमेल कमेटी के सदस्य ने बताया। ਧਰਨਾ ਹੈ ਇਹ ਮਤਲਬ ਕੁੱਲ ਹਿੰਦ ਕਿਸਾਨ ਤਾਲਮੇਲ ਕਮੇਟੀ ਦੇ ਸੱਦੇ 'ਤੇ ਪੂਰੇ ਹਿੰਦੁਸਤਾਨ ਦੇ ਵਿੱਚ ਦਿੱਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਦੋ ਬਿੱਲ 2018 ਨੂੰ ਪਾਰਲੀਮੈਂਟ 'ਚ ਭੇਜੇ ਸੀ ਉਹਦੇ 'ਤੇ ਕੋਈ ਗੌਰ ਨਹੀਂ ਕੀਤੀ ਗਈ ਅਤੇ 28/5/2018 ਨੂੰ ਉਹਦੇ ਵਾਸਤੇ ਕਮੇਟੀ ਦੀ ਜਿਹੜੀ ਕਿੰਨਾ ਉੱਚ ਕਮੇਟੀ ਦੀ ਜਿਹੜੀ ਉਹ ਰਾਸ਼ਟਰਪਤੀ ਜੀ ਨੂੰ ਮਿਲੇ ਪਰ ਰਾਸ਼ਟਰਪਤੀ ਨੇ ਵੀ 2 ਸਾਲ ਹੋ ਜਾਣ ਦੇ ਬਾਅਦ ਜੀ ਵੀ ਕੁਝ ਵੀ ਸਰਕਾਰ ਨੇ ਇਹਦੇ 'ਤੇ ਗੌਰ ਨਹੀਂ ਕੀਤੀ ਹੈ। ਇਸ ਕਰਕੇ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਹ ਅੱਜ ਅਸੀਂ ਇੱਕ ਕਹਿਣਾ ਚਾਹੁੰਦੇ ਹਾਂ ਕਿ ਅਗਰ ਸਰਕਾਰਾਂ ਨੇ ਰਾਸ਼ਟਰਪਤੀ ਨੇ ਇਹ ਦਬਾਅ ਬਣਾ ਕੇ ਪਾਰਲੀਮੈਂਟ ਦੇ ਵਿੱਚ ਉਹ 2 ਕਾਨੂੰਨ ਜਿਹੜੇ ਕਿ ਇੱਕ ਕਰਜ਼ਾ ਮੁਕਤੀ ਸਦਾ ਲਈ ਔਰ ਦੂਸਰਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹ ਜਿਹੜਾ ਸਮਾਮੀ ਨਾਥਨ ਦੇ ਵਿੱਚ C2+50% ਦਿੱਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਗਰ ਨਾ ਕੀਤਾ ਤਾਂ 8 ਤਰੀਕ ਨੂੰ ਅਸੀਂ ਪੇਂਡੂ ਭਾਰਤ ਜਿਹੜਾ ਹੈ ਉਹ ਬੰਦ ਕਰਨ ਦਾ ਐਲਾਨ ਕੀਤਾ। ਨਾ ਕੋਈ ਚੀਜ਼ ਪਿੰਡ 'ਚ ਜਾਏਗੀ ਨਾ ਪਿੰਡ ਤੋਂ ਕੋਈ ਚੀਜ਼ ਬਾਜ਼ਾਰ ਦੇ ਵਿੱਚ ਆਏਗੀ। ਇਸ ਕਰਕੇ ਇਹ ਅੱਜ ਸਾਡਾ ਅਲਟੀਮੇਟਮ ਹੈ ਅਤੇ ਸਰਕਾਰ ਨੂੰ ਇਹ ਮੰਗ ਪੱਤਰ ਅਸੀਂ ਜਿਹੜਾ ਰਾਸ਼ਟਰਪਤੀ ਜੀ ਨੂੰ ਭੇਜ ਰਹੇ ਹਾਂ ਔਰ ਇਹਦੇ 'ਤੇ ਰਾਸ਼ਟਰਪਤੀ ਦਾ ਅਸੀਂ ਚਾਹੁੰਦੇ ਹਾਂ ਕਿ ਉਹ ਆਪਣਾ ਦਖਲ ਅੰਦਾਜ਼ੀ ਕਰਕੇ ਇਹ ਜਿਹੜੇ 2 ਕਾਨੂੰਨ ਇਹਨਾਂ ਨੂੰ ਪਾਸ ਕਰਵਾਏ ਤਾਂ ਜੋ ਕਿਸਾਨੀ ਬਚ ਸਕੇ, ਨਹੀਂ ਤਾਂ ਕਿਸਾਨੀ ਜਿਹੜੀ ਹੈ ਤਬਾਹ ਹੋ ਚੁੱਕੀ ਹੈ ਔਰ ਜਿਹੜੀ ਕਾਰਪੋਰੇਟ ਘਰਾਣੇ ਨੇ ਉਹ ਕਿਸਾਨੀ ਦੇ ਵਿੱਚ ਦਖਲ ਅੰਦਾਜ਼ੀ ਸਰਕਾਰ ਦੇ ਰਾਹੀਂ ਕਰ ਚੁੱਕੇ ਨੇ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਜਿਹੜਾ ਆ ਸਹਿਕਾਰਿਤਾ ਨੂੰ ਅਤੇ ਸਾਂਝੀ ਖੇਤੀ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾਏ। ਇਸ ਕਰਕੇ ਅਸੀਂ ਅੱਜ ਦਾ ਜਿਹੜਾ ਪ੍ਰੋਸੈਸ ਹੈ ਇਹ ਕਰ ਰਹੇ ਹਾਂ। ਵਿਕਟੋਰੀਆ ਸਟੇਟ ਪਠਾਨਕੋਟ ਵਿੱਚ ਖੁੱਲ ਗਿਆ ਹੈ ਡਿਸਕਾਊਂਟ ਵੇਅਰ ਹਾਊਸ ਸ਼ੋਰੂਮ, ਜਹਾਂ ਪਰ ਆਪਕੋ ਮਿਲੇਗੇ ਬ੍ਰਾਂਡ ਸ਼ੂਜ਼, ਇਲੈਕਟ੍ਰੋਨਿਕ ਆਈਟਮਸ, ਹੋਮ ਐਂਡ ਕਿਚਨ ਅਪਲਾਈਂਸਸ, ਵੋ ਵੀ 50% ਡਿਸਕਾਊਂਟ ਪਰ। ਸੋ ਵਾਟ ਆਰ ਯੂ ਵੇਟਿੰਗ ਫੋਰ? ਕਮ ਟੂ ਡਿਸਕਾਊਂਟ ਵੇਅਰ ਹਾਊਸ, ਬੈਸਟ ਪ੍ਰਾਈਸ ਐਨੀਵੇਅਰ। ਡਿਫੈਂਸ ਰੋਡ, ਵਿਕਟੋਰੀਆ ਸਟੇਟ, ਪਠਾਨਕੋਟ।